अस्सलाम वालेकुम, वेलकम बैक हो गया जी आप सबके एक और ब्रांड न्यू वीडियो में। आज जुमे और आप सबको बहुत बहुत ज्यादा जुमा मुबारक हो। और आपको पता है कि जुमे को हम लोग कार ऑक्शन करते होते हैं पाइन कार ऑक्शन पर, जो कि है छतरी चौक पाइन एवेन्यू रोड वलेंसिया टाउन में अपोजिट फिल्टर हाउस। तो कार बाजार लग चुका हुआ है, कार मेला सज चुका हुआ है, काफी ज्यादा गाड़ियां आ चुकी हैं, मजीद गाड़ियां आ रही हैं, ऑक्शन स्टार्ट होने लगी है। ऑक्शन में एंट्री मारते हैं और आप लोग देख रहिएगा वीडियो के साथ एंड तक। और अभी तक आपने भाई का चैनल सब्सक्राइब नहीं किया तो चैनल को जरूर सब्सक्राइब कर लें, बेल आइकन को लाजमी दबा दीजिएगा ताकि आप लोगों को मेरी हर आने वाली वीडियो का नोटिफिकेशन मिलता रहे। अगर आप गाड़ियां अपनी सेल परचेज करना चाहते हैं तो अभी मेरा व्हाट्सएप ग्रुप ज्वाइन करें, लिंक आपको डिस्क्रिप्शन में मिल जाएगा। एंट्री मारते ऑक्शन में, ये चेक करें जी, माशाल्लाह ऑक्शन स्टार्ट होने लगी, काफी ज्यादा गाड़ियां आ चुकी हुई हैं और मजीद गाड़ियां अभी आ रही हैं। इन्ना अटाई नकल कौसर तसल्ली लिदबी का वन है, इन्ना शानिया का अवल अंतर। सबसे पहले सारे मेहमानों को खुश आमदीद और सारे नो अस्सलाम वालेकुम। वालेकुम सलाम। अच्छा साडे शोरूम से जेडे रूल्स ने ओ तकरीबन सारे नु पता है ने, ਜਿਹੜੇ ਨਵੇਂ ਲੋਕ ਆਏ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਦੱਸ ਦਿੰਦੇ ਆ, ਸਮਝਾ ਦਿੰਦੇ ਆ, ਥੋੜਾ ਜਿਹਾ ਗੌਰ ਨਾਲ ਗੱਲਾਂ ਨੂੰ ਸੁਣ ਲੈਣਾ। ਇਹਨਾਂ ਬਾਈ ਪਿੱਛੇ ਖੜੇ ਨੇ, ਅੱਗੇ ਆ ਜਾਵਾਂ ਮੈਂ ਅਨਾਊਂਸਮੈਂਟ ਕਰ ਰਿਹਾ ਜ਼ਰੂਰੀ। ਬਾਅਦ ਦੇ ਵਿੱਚ ਕੋਈ ਬੰਦੇ ਆਉਣ ਕਹਿੰਦੇ ਸਾਨੂੰ ਰੂਲਸ ਦਾ ਪਤਾ ਨਹੀਂ ਸੀ, ਇੱਕ ਵਾਰੀ ਰੂਲ ਜਿਹੜੇ ਸਾਡੇ ਰੂਲਸ ਐਂਡ ਰੈਗੂਲੇਸ਼ਨ ਨੇ ਅਨਾਊਂਸ ਕਰਾਂਗੇ, ਕਦੇ ਸੁਣ ਲਵੋ, ਉਸ ਤੋਂ ਬਾਅਦ ਜੋ ਮਰਜ਼ੀ ਕਰਨਾ। ਅੱਗੇ ਅੱਗੇ ਆ ਜਾਏ ਕਰੀ ਸਾਰੇ ਸਾਡੇ ਸ਼ੋਰੂਮ ਦੇ ਰੂਲਸ ਐਂਡ ਰੈਗੂਲੇਸ਼ਨ ਮੈਂ ਜਿਹੜੇ ਆਕਸ਼ਨ ਦੇ ਨੇ ਉਹ ਅਨਾਊਂਸ ਕਰਨ ਲੱਗਾ ਮੈਂ, ਕਰੀ ਗੌਰ ਨਾਲ ਸੁਣ ਲੈਣਾ, ਕਮਿਸ਼ਨਰ ਸੁਣ ਲੈਣਾ, ਇੱਥੋਂ ਦੇ ਜਿਹੜੇ ਰੂਲਸ ਨੇ ਉਹ ਸੁਣ ਲੈਣਾ, ਉਸ ਤੋਂ ਬਾਅਦ ਜੋ ਮਰਜ਼ੀ ਕਰਨਾ। ਆਇਓ ਕਿ ਆਇਓ। ਹਾਂਜੀ ਅੱਜ ਜਿਵੇਂ ਕਿ ਤੁਹਾਨੂੰ ਪਤਾ ਮਾਸ਼ਾਅੱਲਾ ਜੁਮਾਤੁਲ ਮੁਬਾਰਕ ਦਾ ਦਿਨ ਨੇ, ਹਰ ਜੁਮੇ ਨੂੰ ਹਰ ਇਤਵਾਰ ਨੂੰ ਹਰ ਬੁੱਧ ਨੂੰ ਆਕਸ਼ਨ ਕਰਨੇ ਗੱਡੀਆਂ ਦੀ ਇੱਥੇ ਅਲਹਮਦੁਲਿਲਾ ਸਾਡੀਆਂ ਅਲਜੀਰ ਗਾਰਡਨ ਵੀ ਹੁੰਦੀ ਹੈ, ਇੱਥੇ ਵੀ ਹੁੰਦੀ ਹੈ ਔਰ ਨਨਕਾਣਾ ਸਾਹਿਬ ਸਭ ਜਗ੍ਹਾ ਤੇ ਆਕਸ਼ਨ ਹੁੰਦੀ ਹੈ। ਇਹ ਜਗ੍ਹਾ ਵੀ ਤੁਹਾਡੇ ਸਪੈਸ਼ਲ, ਤੁਹਾਡੇ ਜਿਹੜੇ ਸਾਡੇ ਇੱਥੋਂ ਦੇ ਲੋਕ ਨੇ, ਜੋਹਰ ਟਾਊਨ ਦੇ, ਬਾਬਡਾ ਟਾਊਨ ਦੇ, ਵਲੈਂਸ਼ੀਆ ਟਾਊਨ ਦੇ, ਜਿਹੜੇ ਜੀਨੀਅਰ ਜਿੰਨੀਆਂ ਸੁਸਾਇਟੀਆਂ ਨੇ, ਤੁਹਾਡੇ ਸਾਰਿਆਂ ਦੀ ਆਸਾਨੀ ਵਾਸਤੇ ਇਹ ਬ੍ਰਾਂਚ ਇੱਥੇ ਓਪਨ ਕੀਤੀ ਹੈ ਕਿ ਤੁਹਾਨੂੰ ਇੰਨੀ ਦੂਰ ਨਾ ਜਾਣਾ ਪਵੇ, ਜ਼ਿਆਦਾ ਟਰੈਵਲ ਨਾ ਕਰਨਾ ਪਵੇ, ਤੁਹਾਡੀ ਟਰੈਵਲਿੰਗ ਬਚਾ ਕੇ ਤੁਹਾਨੂੰ ਇਸ ਜਗ੍ਹਾ ਤੇ ਅਸੀਂ ਸ਼ੋਰੂਮ ਤੁਹਾਡੇ ਵਾਸਤੇ ਬਣਾਇਆ। ਸ਼ੋਰੂਮ ਫਿਲਹਾਲ ਛੋਟਾ ਹੈ, ਜਗ੍ਹਾ ਸਾਡੇ ਕੋਲ ਇਸ ਟਾਈਮ ਘੱਟ ਹੈ, ਲੇਕਿਨ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਮੈਨੂੰ ਬਿਲਕੁਲ ਇੱਕ ਪਿੱਛੇ ਵਾਲੀ ਜਗ੍ਹਾ ਮਿਲਦੀ ਪਈ 17 ਕਨਾਲ ਜਗ੍ਹਾ ਹੈ ਔਰ ਇੱਕ ਇਹਦੇ ਬਿਲਕੁਲ ਨਾਲ 12 ਕਨਾਲ ਹੋਰ ਪਈ ਹੈ, ਜਿਹੜੀ ਵੀ ਇਨਸ਼ਾਅੱਲਾ ਮੇਰੀ ਡਿਸਾਈਡ ਹੋ ਗਈ, ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਦੋਵੇਂ ਹੀ ਲੈ ਲਈਏ, ਲੇਕਿਨ ਅੱਲਾਹ ਤਾਲਾ ਨੇ ਜਿਹੜੀ ਵੀ ਪਹਿਲੇ ਦੇ ਦਿੱਤੀ ਇਨਸ਼ਾਅੱਲਾ। ਇਹਦੀ ਕਾਪੀ ਦਿਓ ਸਭ ਆ ਕੇ ਜਾਂ ਕਰੋ ਦਾ ਲੋ ਜੀ 2021 ਮਾਡਲ ਦੀ BRV ਟੋਟਲ ਜਨਮਨ ਐਸ ਸਾਡੇ ਚ 55 ਲੱਖ ਰੁਪਏ ਦੀ ਮਾਡ ਜੀ, 55 ਲੱਖ ਰੁਪਇਆ 2021 ਮਾਡਲ ਦੀ BRV ਟੋਟਲ ਜਨਮਨ ਫਸਟ ਓਨਰ ਜਿਹੜੀ ਜੀ ਕਿੰਨੀ ਚੱਲੀ ਜੀ ਪੰਤਾਲੀ ਲੱਖ ਰੁਪਇਆ ਜੀ, ਇਹ ਤੋਂ 45 ਲੱਖ ਰੁਪਇਆ ਹੈ, 45 ਲੱਖ ਰੁਪਇਆ ਹੈ, ਕੋਈ ਉਸ ਤੋਂ
45 ਲੱਖ ਰੁਪਈਏ ਜੀ। ਕਿੱਧਰ ਗਾਨੇ ਜੀ ਉਹਨਾਂ ਨੂੰ ਇਸ ਗੱਡੀ ਦੇ? ਹਾਂਜੀ ਦੇ ਲਈਏ 45 ਰੁਪਏ। ਕੀ ਰਾਜਾ ਆਪਣਾ ਕਿੰਨਾ ਕੁ ਬਾਹਲਾ ਫਰਕ ਹੈ ਦੱਸੋ ਜੀ? 45 ਲੱਖ ਤੋਂ ਕੁੱਤੇ ਆ ਜੀ, ਸਾਢੇ 45 ਹੋ ਗਿਆ ਜੀ, 45.5 ਪੌਣੇ 46 ਕੀ 45 ਲੱਖ 75 ਹਜ਼ਾਰ ਹੋ ਗਿਆ ਜੀ। 2021 ਮਾਡਲ ਦੀ BRV ਐਸ ਸੈਕਿੰਡ ਟੋਟਲ ਜਨਮਨ ਪਿੰਡ ਦੀ ਗੱਡੀ, ਫਸਟ ਓਨਰ ਕਾਰ। ਹਾਂਜੀ 45-75 ਕੁੱਤੇ ਅੱਗੇ ਤੋਂ ਬੋਲੋ, 45-75 45 ਲੱਖ 75 ਹਜ਼ਾਰ ਰੁਪਏ ਜੀ। ਇਹ ਕੋਈ ਉੱਤਰ ਤੇ 45-75 ਜੀ। ਹਾਂਜੀ ਹੈ ਕੋਈ ਕਸਟਮਰ ਤੋਂ 45-75 ਤੋਂ ਹੈ ਜੀ ਕੋਈ? ਹਾਂਜੀ ਕੋਈ ਵਧਣਾ ਤੁਸੀਂ ਆਓ ਤਾਂ ਇਹਨੂੰ ਦੇਖ ਆਓ ਮਗਾਈਏ ਠੀਕ ਕਰੀਏ ਤੁਹਾਡੀ। ਦੱਸੋ ਆਰਡਰ ਲਾ ਕੇ ਦੇ ਦੇਣੀ 52 ਤੇ ਆ ਗਏ ਨੇ ਜੀ, 52 ਲੱਖ 46 ਲੱਖ ਰੁਪਏ ਦਾ 46 ਲੱਖ ਰੁਪਏ ਹੋ ਗਏ ਜੀ। ਇੱਥੇ ਦੇਖੋ ਮੇਰੇ ਕੋਲ ਜਾਓ ਨਾ, 46 ਲੱਖ ਰੁਪਇਆ ਜੀ। ਦੱਸੋ ਭਾਈ 52 ਲੱਖ ਰੁਪਏ, 46.5 ਲੱਖ ਰੁਪਏ ਹੋ ਗਏ, 46,50,000 ਰੁਪਇਆ ਜੀ। 2021 ਮਾਡਲ ਦੀ BRV ਹੈ ਕੋਈ ਇਸ ਤੋਂ ਜੀ? BRV ਦਾ ਕੁੱਤੇ ਹੈ ਜੀ ਕਾਰ 45.5 ਤੋਂ ਨਾਲ 53 ਲੱਖ ਤੋਂ ਆ ਗਏ ਨੇ 55 ਤੋਂ ਜੀ ਨਾਲ ਜੀ ਕੋਈ 47 ਲੱਖ ਰੁਪਏ ਹੋ ਗਿਆ, 47 ਲੱਖ ਰੁਪਇਆ ਜੀ, 47 ਲੱਖ ਰੁਪਇਆ। ਇੱਕ ਆਵਾਜ਼ ਆਉਂਦੇ ਨੇ ਬੜੀ ਦੂਰੋਂ, ਅੱਜ ਆਵਾਜ਼ ਨਹੀਂ ਆ ਰਹੀ ਸਾਨੂੰ, ਦੂਰ ਖੜੋ ਕੇ ਆਵਾਜ਼ ਆਉਂਦੀ ਉਹਨਾਂ ਦੀ ਆਈਟਮ ਨਹੀਂ, ਉਹਨਾਂ ਦੀ ਆਈਟਮ ਨਹੀਂ ਹੈ। ਹਾਂਜੀ 47 ਲੱਖ ਰੁਪਇਆ ਜੀ, 47 ਲੱਖ ਰੁਪਇਆ। ਦੋ ਬੋਲਣ ਸਾਡੀ ਆਈਟਮ ਜੀ, ਪੰਜਾਂ ਨਾਲ ਤੋਂ ਹਾਜ਼ਰ ਹੈ ਮੇਰੇ ਕੋਲ। ਪਤਾ ਕੀ ਹੈ ਗਾਹਕ ਤੋਂ ਨਹੀਂ ਗਿਆ ਇਹ ਡੀਲਰ ਹੀ ਇੱਥੇ, ਅਸੀਂ ਲੋਕਾਂ ਦੇ ਗਲੇ ਪਾਲ ਨਹੀਂ ਕਿਸੇ ਇਨਵੈਸਟਰ ਦੇ, ਤਾਂ ਮਾਰੇ ਇੰਨਾ ਰੇਟ ਲਾਤਾ ਕਸਟਮਰ ਨੂੰ ਵਿਕਣਾ ਕੋ 50 ਦੇ ਰਾਉਂਡ ਪਾਉਣ ਦੇ ਵਿੱਚ ਬਸ। ਉਹਦੀ ਗਾਹਕ ਕਦੋਂ ਆਉਣਾ ਕਦੋਂ ਨਹੀਂ ਆਉਣਾ ਅੱਲਾਹ ਤਾਲਾ ਦੇ ਹੱਥ ਵਿੱਚ ਹੁੰਦਾ ਹੈ, ਇਹਨਾਂ ਨੇ ਲੈ ਕੇ ਪੈਸੇ ਲਾ ਕੇ ਲਿਖਾ ਲੈਣੀ ਹੈ, ਅੱਲਾਹ ਕਰੇ ਹੁਣੇ ਵਿਕ ਜਾਵੇ ਲੈ ਕੇ, ਨਹੀਂ ਵਿਕਦੇ ਤਾਂ 5 ਮਹੀਨਾ ਨਾ ਵਿਕੇ, ਕਿਸੇ ਤੇ ਪੈਸੇ ਲੈ ਕੇ ਚਲੇ ਜਾਣਾ ਤੇ ਬੜੇ ਮੁਨਾਸਬ ਪੈਸੇ ਨੇ ਕਰੋ ਬਿਸਮਿਲ੍ਲਾ। 47 ਲੱਖ ਰੁਪਏ ਠੀਕ ਲੱਗ ਗਿਆ ਮੇਰੇ ਨਾਲ, 200 ਰੁਪਏ ਤਾਂ ਮਹਿੰਗੀ ਹੋ ਚੁੱਕੀ ਨਾ, 50 ਦੀ ਤਾਂ ਗਾਹਕ ਨੇ ਵਿੱਚ ਜਾਣਾ। 21 ਮਾਡਲ ਜੀ BRV 52 ਲੱਖ ਰੁਪਏ, 47 ਦਾ ਨੋਟ ਹੈ ਜੀ, ਉਹੀ ਭਾਈ ਜਾਨ ਤੁਹਾਨੂੰ ਦੱਸ ਰਿਹਾ। ਅਸੀਂ ਤਾਂ ਗੱਲਾਂ ਕਰਦੇ ਨੇ ਖੁੱਲੀਏ ਸਾਫ ਕਿ ਭਾਈ ਇਸ ਤਰ੍ਹਾਂ ਨੇ ਤੇ ਇਸ ਤਰ੍ਹਾਂ ਹੋਣਾ, ਜੇ ਨਹੀਂ ਤੈਨੂੰ ਖਿਲਾਰ ਦਿਓ ਸ਼ੋਰੂਮ ਤੇ, ਗਾਹਕ ਕਿਹਦਾ ਹੈਗਾ ਤੁਹਾਡੀ ਕਿਸਮਤ ਹੈ। ਮੈਂ ਕਿਹਾ ਫਿਰ ਖਿਲਾਰ ਦਿਓ ਕਸਟਮਰ ਜਦੋਂ ਵੀ ਆ ਗਿਆ ਤੁਹਾਡੀ ਕਿਸਮਤ ਹੈ। ਕੋਈ ਗੱਲ ਮੇਰੀ ਪੁੱਛੋ ਹੀ ਆ ਬੋਲੋ, ਇਹ ਗੱਡੀ ਦੇ ਦਿੰਦੇ ਨੇ 48 ਲੱਖ ਰੁਪਏ ਦੀ ਪੇਮੈਂਟ ਹੋਣੀ ਹੈ। ਲੋ ਭਾਈ ਫੜੋ ਹੁਣ ਨਾ ਸੋ ਫੜੋ 5 ਲੱਖ ਰੁਪਏ ਡਿਮਾਂਡ ਨੇ, ਰੈਡ ਲਾਓ 20 ਮਾਡਲ ਹੈ, 19 ਲੱਖ ਰੁਪਇਆ ਜੀ ਆਂਦੀ ਹੈ ਨਾ, 19 ਲੱਖ ਰੁਪਇਆ 19 ਦੇ ਉੱਤੇ ਪਾ ਲਓ ਜੀ, 20 ਮਾਡਲ ਹੈ, 19 ਲੱਖ ਰੁਪਇਆ 20 ਮਾਡਲ ਹੈ, 20 ਮਾਡਲ ਪੱਟੀ ਦੇ ਵੀ ਡੈਂਟ ਹੈਗਾ ਜੀ, 20 ਮਾਡਲ ਹੈ,
ਪੱਟੀ ਔਰ ਬੋਨਟ ਪੱਟੀ ਪਹਿਲੇ ਫਰੰਟ ਪੱਟੀ ਤੇ ਬੋਨਟ ਹਿੱਟ ਜੇ 19 ਲੱਖ ਰੁਪਿਆ 19 ਦੇ ਉੱਤੇ ਬੋਲੋ ਜੀ 19 ਦੇ ਉੱਤੇ ਹੈ ਕੋਈ 19,10,000 ਰੁਪਿਆ ਹੋ ਗਿਆ ਜੀ 19,10,000 ਰੁਪਿਆ ਹੋ ਗਿਆ 19,10 ਦੇ ਉੱਤੇ ਬੋਲੋ ਜੀ 15,000 ਕਰੋ 19,15 ਹੋ ਗਿਆ 19,15,000 ਰੁਪਿਆ ਹੋ ਗਿਆ ਜੀ ਹਾਂਜੀ 19,15 ਦੇ ਉੱਤੇ ਹੈ ਕੋਈ 19,15,000 ਰੁਪਿਆ ਹੋ ਗਿਆ ਜੀ 19,19,000 ਰੁਪਿਆ 19,30 ਹੋ ਗਿਆ ਜੀ 19,30,000 ਰੁਪਿਆ ਹੋ ਗਿਆ 19,30 ਦੇ ਉੱਤੇ ਬੋਲੋ ਜੀ ਹਾਂਜੀ 19,35 ਹੋ ਗਿਆ 19,35,000 ਰੁਪਿਆ ਹੋ ਗਿਆ ਬਹੁਤ ਰੇਟ ਥੱਲੇ ਕਰੋ ਰੇਟ ਤੁਹਾਡਾ ਨਹੀਂ ਬਣਦਾ ਹੈ ਬਹੁਤ ਜ਼ਿਆਦਾ ਰੇਟ ਹੈ 19,30,000 ਰੁਪਿਆ 19,30,000 ਰੁਪਿਆ ਹੋ ਗਿਆ ਜੀ 19,30,000 ਰੁਪਿਆ ਹਾਂਜੀ ਬੋਲ ਜੀ 19,00,000 ਕਿੱਥੋਂ ਤੱਕ ਦੇ ਇਹ ਕਿੱਥੋਂ ਤੱਕ ਦੇਣੀ ਜੀ ਜਿੰਦੀ ਹੁੰਦੀ ਵੀ ਉਹ ਤੇ ਦੱਸੋ ਨਾ ਅੱਛਾ ਚਲੋ ਜਿੰਨੀ ਆਪਸ਼ਨ ਹੋ ਰਹੀ ਹੈ ਚੁੱਪ ਕਰਕੇ ਖੜੇ ਹੋ ਔਰ ਬੋਲੀ ਲਾਓਗੇ ਤੇ ਗੱਡੀ ਲਾਉਣੀ ਹੋਵੇ ਗੱਡੀ ਕਿੱਥੋਂ ਲੱਭਣੀ ਹੈ ਤੁਸੀਂ ਰੇਟ ਹੀ ਨੀ ਲਾ ਰਹੇ ਅੱਜ 19,55 ਜੀ 19,55 ਦੇ ਉੱਤੇ ਬੋਲੋ 20,00 ਹੋ ਗਿਆ ਜੀ 20,00 ਹੋ ਗਿਆ 20,00 ਹੋ ਗਿਆ ਇੱਥੇ ਜਿਹੜਾ ਰੇਟ ਤੁਹਾਨੂੰ ਲੱਗ ਰਿਹਾ ਨਾ ਇਹ ਅੱਲਾ ਦੇ ਹੁਕਮ ਦੇ ਨਾਲ ਮਾਰਕੀਟ 'ਚ ਤੁਹਾਨੂੰ ਕਿਸੇ ਨੇ ਵੀ ਨਹੀਂ ਲਾਇਆ ਹੋਣਾ 20,00 19,80,000 ਹੋ ਗਿਆ 19,80,000 ਹੋ ਗਿਆ ਜੀ 19,80,000 ਹੋ ਗਿਆ 19,80,000 ਹੋ ਗਿਆ 19,80,000 ਦੇ ਉੱਤੇ ਬੋਲੋ 19,80,000 ਦੇ ਉੱਤੇ ਬੋਲੋ ਜੀ ਹਾਂਜੀ 19,80,000 20,00,000 ਰੁਪਿਆ ਹੋ ਗਿਆ ਜੀ ਦੇਣੀ ਚਾਹੀਦੀ ਬਰਾਦਰਾਨਾ ਮਸ਼ਹੂਰ ਹੈ ਤੁਹਾਨੂੰ ਚਲੇ ਗਿਆ
ਟਚਿੰਗ ਹੈ ਤਾਂ ਬੋਨਟ ਤੇ ਇੱਕ ਫੈਂਡਰ ਤੇ ਤਿੰਨ ਪੀਸ ਲਾ ਲਓ ਤੁਸੀਂ ਦੋ ਤਿੰਨ ਪੀਸ ਦੀ ਟਚਿੰਗ ਹੈ ਗੱਡੀ ਬਹੁਤ ਚੜੀ ਹੋਈ ਮਾਸ਼ਾਅੱਲਾ 2004 ਮਾਡਲ 16 ਲੱਖ ਰੁਪਏ ਡਿਮਾਂਡ ਜੀ 2004 ਮਾਡਲ 2 ਤਿੰਨ ਪੀਸ ਟਚਿੰਗ ਦੇ ਨਾਲ ਬਹੁਤ ਹੀ ਖੂਬਸੂਰਤ ਗੱਡੀ ਜੀ ਸਾਢੇ ਗਿਆਰਾਂ ਜੀ ਸਾਢੇ ਗਿਆਰਾਂ ਲੱਖ ਤੇ ਬੋਲੋ ਪੌਣੇ ਬਾਰਾਂ ਜੀ ਪੌਣੇ ਬਾਰਾਂ ਲੱਖ ਰੁਪਇਆ ਜੀ ਸਿਰਫ ਲਾਸ਼ ਵੀ ਛੱਡ ਦਿਓ ਗਿਆਰਾਂ ਬਜੇ ਦੀ ਸਵਾ ਬਾਰਾਂ ਲੱਖ ਰੁਪਇਆ ਜੀ ਸਤਾਈ ਲੱਖ ਰੁਪਇਆ ਜੀ ਅਠਾਰਾਂ ਮਾਡਲ ਹੋਂਡਾ ਸਿਟੀ ਤਿੰਨ ਪੀਸ ਰੇਂਜਰ ਰੱਖੋ ਅਠਾਈ ਲੱਖ ਰੁਪਇਆ ਲੱਗ ਗਿਆ ਮਾਲਕ ਦੀ ਡਿਮਾਂਡ ਹੈਗੀ ਜੀ 33 ਲੱਖ ਰੁਪਇਆ ਰੇਟ ਲਾਓ ਜੀ 28 ਲੱਖ ਰੁਪਇਆ ਹੋ ਗਿਆ ਹਾਂਜੀ 28 ਦੇ ਉੱਤੇ ਲਾਓ ਜੀ 28 ਲੱਖ ਰੁਪਇਆ 28 ਦੇ ਉੱਤੇ ਬੋਲੋ ਜੀ 28 ਲੱਖ ਰੁਪਇਆ ਹੋ ਗਿਆ ਇਹਦਾ 28 ਦੇ ਉੱਤੇ ਰੇਟ ਲਾਓ 28 ਲੱਖ ਰੁਪਇਆ ਥੋੜਾ ਦੱਸੋ ਤੇ ਸਹੀ ਉਹਨਾਂ ਨੂੰ ਹੋਰ ਤੋਂ ਲੈ ਆਵਾਂਗੇ
ਹਾਂਜੀ ਨਿਸ਼ਾਨ ਭਾਈ ਉੱਤੇ ਆਉਂਦੇ ਹੋ 29 ਦੇ ਉੱਤੇ ਕੋਈ ਹੈ ਐ ਕੋਈ 29 ਦੇ ਉੱਤੇ 29.5 ਨੀ ਕੋਈ ਲੈਂਦਾ ਗੱਡੀ 29.5 ਦਾ ਕੋਈ ਗਾਹਕ ਹੈ ਇੱਥੇ ਨਹੀਂ ਹੈ ਜਿਸੇ ਤਰ੍ਹਾਂ ਹੁੰਦਾ ਮਰ ਜਾ 29.1 ਅਗਲੀ ਗੱਡੀ ਦੇ ਜੀ ਗੱਡੀ ਇਨਸ਼ਾਅੱਲਾ ਤੇ ਦੇ ਦੇਣੀ ਹੈ ਬਾਹਰ ਦੀ ਗੱਡੀ ਤੁਹਾਨੂੰ ਦੇ ਦੇਵਾਂਗੇ ਇਹ ਜਿੰਨੇ ਭਾਈ ਦੂਰ ਖੜੇ ਨੇ ਸਾਰੇ ਭਾਈ ਲੱਗੇ ਆਈ ਉਹ ਇਨਸ਼ਾਅੱਲਾ ਜੀ ਗੱਡੀ ਦੇ ਕੇ ਤੁਹਾਨੂੰ ਇਨਵੈਸਟਰ ਰੇਟ ਤੇ ਗੱਡੀ ਦੇ ਦੇਣੀ ਹੈ ਇਹ ਜਿੰਨੇ ਭਾਈ ਦੂਰ ਦੂਰ ਖੜੇ ਨੇ ਸਾਰੇ ਆਈ ਉਹ ਬਾਹਰ ਦੀ ਗੱਡੀ ਆ ਗਈ ਡੇਟ ਲੱਗੇ ਆਈ ਉਹ ਸਾਰੇ ਭਾਈ ਰਿਜ਼ਵਾਨ ਭਾਈ ਤੁਹਾਡੀ ਗੱਡੀ ਤੁਸੀਂ ਵੀ ਲੱਗੇ ਆਈ ਉਹ ਆਈਓ ਆਈਓ ਦੂਰ ਦੂਰ ਨਾ ਖੜੇ ਹੋ ਸਾਰੇ ਭਾਈ ਲਾਗੇ ਆਈ ਹੋ ਬਾਰੇ ਦੀ ਗੱਡੀ ਆ ਗਈ ਜੇ ਰਿਜ਼ਵਾਨ ਭਾਈ ਇਹਦੀ ਕੰਡੀਸ਼ਨ ਦੱਸੋ ਅੱਛਾ ਅਹਿਮਦ ਅਹਿਮਦ ਭਾਈ ਇਹਦੀ ਕੰਡੀਸ਼ਨ ਦੱਸੋ ਚਾਰ ਪੀਸ ਠੀਕ ਹੋ ਗਿਆ ਡਿਮਾਂਡ ਸਾਢੇ 12 ਲੱਖ 11 ਮਾਡਲ ਇਹ ਵੀ ਦੱਸਣਾ ਕਿ 6 ਮਾਡਲ ਦਾ ਰੇਟ ਮੰਗ ਰਿਹਾ ਗੱਡੀ ਵੇਚਣੀ ਅੱਜ ਦੀ ਡੇਟ ਚ ਲੋ ਜੀ 11 ਮਾਡਲ ਹੈ ਲੇਕਿਨ ਅਸੀਂ ਰੇਟ ਮੰਗਾਂਗੇ ਤੁਹਾਡੇ ਕੋਲ 6 ਮਾਡਲ ਦਾ ਲਿਆਣਾ ਛੱਤ ਬਿੱਲ ਜਨਮਾਂ ਨੇ ਲੇਕਿਨ ਇਸ ਤੋਂ ਜ਼ਿਆਦਾ ਪੀਸ ਜਨਮਾਂ ਨੇਗੇ ਲੇਕਿਨ ਤੁਸੀਂ ਜ਼ਿਹਨ ਚ ਰੱਖੋ ਛੱਤ ਬਿੱਲ ਮੈਂ ਛੱਤ ਬਿੱਲ ਦੀ ਬਾਤ ਦੇ ਰਿਹਾ ਸਾਡੇ 12 ਲੱਖ ਰੁਪਏ ਦੀ ਡਿਮਾਂਡ ਹੈ ਰੇਟ ਲਾਓ ਸਿੰਗਲ ਨੰਬਰ ਤੇ ਸਮਾਨ ਸਾਰਾ ਲੱਗਾ ਸਮਾਨ ਸਾਰਾ ਲੱਗੇ ਇਨਸ਼ਾਅੱਲਾ ਵਾਰੇ ਦੀ ਗੱਡੀ ਦੇ ਦੇਣੀ ਤੁਹਾਨੂੰ ਰੇਟ ਲਾਓ 11 ਮਾਡਲ ਲਿਆਣਾ ਆ ਗਈ ਜੀ ਰੇਟ ਲਾਓ 12.5 ਲੱਖ ਰੁਪਏ ਡਿਮਾਂਡ ਹੈ ਹਾਂਜੀ 4 ਲੱਖ ਤੋਂ ਸ਼ੁਰੂ ਕਰੋ ਵੇਖੋ ਕਿਹੜਾ ਬੋਲਦਾ ਤਾਂ ਗੱਡੀ ਦੇਣ ਹਾਂਜੀ 4 ਲੱਖ ਰੁਪਏ ਹੋ ਗਿਆ ਜੀ ਦੇ ਦੇਣੀ 4 ਤੋਂ ਉੱਤੇ ਬੋਲੋ 8 ਲੱਖ ਰੁਪਏ ਹੋ ਗਿਆ ਜੀ 8 ਤੋਂ ਉੱਤੇ ਬੋਲੋ 9 ਲੱਖ ਰੁਪਏ ਹੋ ਗਿਆ ਜੀ 9 ਦੇ ਉੱਤੇ ਬੋਲੋ ਇਨਸ਼ਾਅੱਲਾ ਗੱਡੀ ਅੱਜ ਦੇ ਦੇਣੀ ਹੈ 9-10 ਹੋ ਗਿਆ 9-10 ਤੋਂ ਉੱਤੇ ਲਓ 9.25 ਲੱਖ ਰੁਪਏ ਹੋ ਗਿਆ ਜੀ 9.25 ਲੱਖ ਰੁਪਏ ਹੋ ਗਿਆ 9.25 ਦੇ ਉੱਤੇ ਲਓ ਇਨਸ਼ਾਅੱਲਾ ਗੱਡੀ ਅੱਜ ਇੱਥੋਂ ਦੇ ਕੇ ਹਿੱਲਣਾ ਇਨਸ਼ਾਅੱਲਾ ਗੱਡੀ ਵਾਲੇ ਦੀ ਤੁਹਾਨੂੰ ਦੇ ਦੇਣੀ ਜਿਹੜਾ ਰੇਟ ਲਾਏਗਾ ਗੱਡੀ ਉਹਨੂੰ ਦੇ ਦੇਣੀ ਅੱਜ 9.25 ਲੱਖ ਰੁਪਏ ਹੋ ਗਿਆ ਜੀ 9.25 ਦੇ ਉੱਤੇ ਲਓ 9.25 ਲੱਖ ਰੁਪਏ ਗੱਡੀ ਦੇ ਕੰਮ ਸ਼ਮ ਕਿਸੇ ਕਿਸਮ ਦਾ ਨਹੀਂ ਹੈ ਗੱਡੀ ਬੜੀ ਤਗੜੀ ਤੇ ਛੱਤ ਪਿੱਲਰ ਦੀ ਆਵਾਜ਼ ਦੇ ਰਹੇ ਲੇਕਿਨ ਇਸ ਤੋਂ ਜ਼ਿਆਦਾ ਪੀਸ ਇਹਦੇ ਜੈਨੂਅਨ ਹੈ ਜੇ 9.25 ਲੱਖ ਰੁਪਇਆ ਸਾਰੇ ਭਾਈ ਅੱਗੇ ਅੱਗੇ ਆਈਓ ਗੱਡੀ ਤੁਹਾਨੂੰ ਮੁਨਾਸਬ ਦੇ ਦੇਵਾਂਗੇ ਇਨਸ਼ਾਅੱਲਾ 9.25 ਲੱਖ ਰੁਪਏ ਹੋ ਗਿਆ ਜੀ 11 ਮਾਡਲ ਲਿਆਉਣਾ ਸਿੰਧ ਨੰਬਰ ਇਹ 6 ਮਾਡਲ ਦਾ ਰੇਟ ਹੈ ਜਿਹੜਾ ਅਸੀਂ ਮੰਗ ਰਹੇ ਹਾਂ ਤੁਹਾਡੇ ਕੋਲੋਂ 9.25 ਲੱਖ ਰੁਪਇਆ ਹੋ ਗਿਆ ਜੀ 9.25 ਦੇ ਉੱਤੇ ਬੋਲੋ 9.25 ਲੱਖ ਰੁਪਇਆ 9.25 ਦੇ ਉੱਤੇ ਬੋਲੋ 9.25 ਲੱਖ ਰੁਪਇਆ 9.25 ਲੱਖ ਰੁਪਇਆ 9.25 ਦੇ ਉੱਤੇ ਬੋਲੋ ਹਾਂਜੀ 9.25 ਲੱਖ ਰੁਪਇਆ 9.25 ਦੇ ਉੱਤੇ ਲਾਇਓ ਜੀ 9.25 ਲੱਖ ਰੁਪਇਆ ਹਾਂਜੀ ਨਿਸ਼ਾਨ ਭਾਈ 9.25 ਦੇ ਉੱਤੇ ਨਹੀਂ ਆਉਂਦੇ
ਕਰੋ ਤੇ ਥੋੜਾ ਹਾਲੇ ਬੜਾ ਥੱਲੇ ਆ ਗਏ ਯਾਰਾ ਮਾਡਲ ਜਿਹਾ ਬਿਸਮਿਲਾ ਕਰੋ 30 ਲੱਖ ਰੁਪਇਆ 9 ਲੱਖ 30 ਹਜ਼ਾਰ ਰੁਪਇਆ ਹੋ ਗਿਆ ਜੀ 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 9 ਲੱਖ 30 ਹਜ਼ਾਰ ਬਹੁਤ ਦੂਰ ਦੇ ਤੁਸੀਂ ਥੋੜਾ ਲੱਗ ਲੱਗ ਆਓ 9 ਸਾਢੇ 9 ਦੀ ਹੋ ਗਈ ਸਵਾ 9 ਦੀ ਹੋ ਗਈ ਸਾਢੇ 9 ਦਾ ਪਿਆਨਾ ਲਿਖੋ